ਸਰਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਆਪਣੇ ਅਥਾਹ ਗਿਆਨ ਦੇ ਵਿੱਚੋਂ ਮੈਂ ਤਾਂ ਕਹਾਂਗਾ ਕਿ ਕੁਛ ਕੁ ਬੂੰਦਾਂ ਨੇ ਜਿਹੜੀਆਂ ਸਾਡੀ ਇਸ ਸੰਸਥਾ ਵਿੱਚ ਸਾਡੇ ਬੱਚਿਆਂ ਨੂੰ ਅੰਮ੍ਰਿਤ ਦੀਆਂ ਬੂੰਦਾਂ ਪਈਆਂ ਨੇ, ਗਿਆਨ ਦੀਆਂ ਬੂੰਦਾਂ ਪਈਆਂ ਨੇ। ਸੱਚਮੁੱਚ ਇਹਨਾਂ ਦੇ ਗਿਆਨ ਤੋਂ ਇਹ ਗੱਲ ਝਲਕ ਰਹੀ ਹੈ ਕਿ ਇਹ ਪੰਜਾਬ ਦੇ ਵਿੱਚ ਨੈਤਿਕ ਪੱਧਰ ਦੇ ਬੱਚਿਆਂ ਦਾ ਜੋ ਨੁਕਸਾਨ ਹੋਇਆ ਉਸ ਨੂੰ ਅਪਲਿਫਟ ਕਰਨ ਲਈ ਬੜੇ ਯਤਨਸ਼ੀਲ ਨੇ। ਗੁਰਮਰਿਆਦਾ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ, ਸ਼ਬਦਾਂ ਰਾਹੀਂ ਬੱਚਿਆਂ ਦੇ ਵਿੱਚ ਨੈਤਿਕਤਾ ਪੈਦਾ ਕਰਕੇ ਇੱਕ ਚੰਗੇ ਨਾਗਰਿਕ ਬਣਾਉਣ ਦਾ ਜੋ ਇਹਨਾਂ ਨੇ ਬੀੜਾ ਚੁੱਕਿਆ ਉਹ ਸੱਚਮੁੱਚ ਸਾਡੇ ਸਮਾਜ ਦੇ ਆਉਣ ਵਾਲੇ ਸਮੇਂ ਲਈ ਬੜਾ ਸ਼ੁਭ ਹੈ। ਤਾਂ ਮੈਂ ਇੱਕ ਵਾਰ ਫਿਰ ਇਹਨਾਂ ਦਾ ਇੱਥੇ ਸਾਡੇ ਵਿਚਕਾਰ ਆਉਣ 'ਤੇ ਬਹੁਤ ਥੈਂਕਸ ਕਰਦਾ, ਧੰਨਵਾਦ ਕਰਦਾ। ਅਤੇ ਮੈਂ ਉਮੀਦ ਵੀ ਕਰਦਾ ਕਿ ਇਸ ਵਿੱਚ ਵੀ ਸਰ ਸਾਨੂੰ ਸਮਾਂ ਦਿੰਦੇ ਰਹਿਣਗੇ, ਕਿਉਂਕਿ ਅੱਜ ਜੋ ਸਮਾਂ ਸੀਗਾ ਸਰ ਨੇ ਹੋਰ ਸਕੂਲਾਂ ਵਿੱਚ ਸਕੈਜੂਲ ਕੀਤਾ ਸੀਗਾ ਔਰ ਉਹਦੇ ਵਿੱਚੋਂ ਅਸੀਂ ਕੁਛ ਸਮਾਂ ਤੁਹਾਡੇ ਲਈ ਲਿਆ। ਮੈਂ ਸਭ ਦਾ ਥੈਂਕਸ ਕਰਦਾ ਜੀ, ਬਹੁਤ ਬਹੁਤ ਧੰਨਵਾਦ ਸਰ। ਅਤੇ ਅੱਗੇ ਤੋਂ